ਫਿਰ ਦੇਖੀਏ ਕਰਨੇ ਕਰ ਐਜ ਏ ਕਮਿਸ਼ਨ ਦੀ ਚੇਅਰਪਰਸਨ ਮੈਂ ਪਰਿਵਾਰ ਨੂੰ ਹੌਸਲਾ ਦੇਣ ਆਈ ਸੀ, ਉਹਦੀ ਮਦਰ ਨੂੰ, ਉਹਦੀ ਭੈਣ ਨੂੰ, ਉਹਦੀ ਮਦਰ ਭੈਣ ਨੂੰ ਇੱਕ ਹੌਸਲਾ ਦੇਣ ਆਈ ਸੀ ਤੇ ਆਸ਼ਵਾਸਨ ਦਿੱਤਾ। ਇੱਕ ਪੰਜਾਬ ਦੇ ਸੀਨੀਅਰ ਅਧਿਕਾਰੀ ਤੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਏਗੀ ਔਰ ਪੂਰੀ ਇਹ ਆਸ਼ਵਾਸਨ ਦਿੱਤਾ ਹੈ ਤੁਹਾਡੀ ਸਾਰੀ ਮੀਡੀਆ ਦੇ ਸਾਹਮਣੇ ਪੂਰੇ ਪੰਜਾਬ ਨੂੰ ਕਿ ਸਾਡੇ ਯੂਥ ਨਾਲ ਧੱਕਾਸ਼ਾਹੀ ਨਹੀਂ ਹੋਏਗੀ। ਆਲਰੇਡੀ ਜਿਹੜੀ ਸਾਡੀ ਬੱਚੀਆਂ ਦੇ ਕੇਸ ਤੇ ਹਜ਼ਾਰਾਂ 'ਚ ਪੈਂਡਿੰਗ ਪਏ ਹੋਏ ਨੇ, ਜਿਹੜੀਆਂ ਵਿਚਾਰੀਆਂ ਨੂੰ ਛੱਡ ਕੇ ਚਲੇ ਗਏ ਨੇ ਤੇ ਇਹ ਜਿਹੜੇ ਹੁਣ ਮੁੰਡਿਆਂ ਨਾਲ ਧੋਖੇ ਹੋਣ ਲੱਗੇ ਨੇ ਇਹਨੂੰ ਨੰਬਰ ਸਿੱਧੇ ਵਤਨ ਨਹੀਂ ਦਿੱਤੇ ਜਾਣਗੇ। ਮੇਰੇ ਕੋਲ ਕਮਿਸ਼ਨ ਨੇ 4-5 ਕੇਸ ਆ ਚੁੱਕੇ ਨੇ ਆਲਰੇਡੀ ਇਸ ਤਰ੍ਹਾਂ ਦੇ ਹੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਲਵਪ੍ਰੀਤ ਬੱਚਾ ਸਾਡਾ ਇੱਕ ਯੰਗਸਟਰ ਇਸ ਹੱਦ ਤੱਕ ਚਲਾ ਜਾਏਗਾ ਕਿ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦੇ। ਮੈਮ ਜਿਹੜਾ ਲਵਪ੍ਰੀਤ ਦੇ ਪਰਿਵਾਰ ਨੂੰ ਮਿਲੇ ਹੋ ਤੁਸੀਂ, ਇਹਨਾਂ ਨੇ ਮੰਗ ਕੀਤੀ ਹੈ ਕਿ ਲੜਕੀ ਨੇ ਠੱਗੀ ਮਾਰੀ ਆ, ਉਸ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਆ, ਪਰਚੇ ਦੀ ਮੰਗ ਵੀ ਕਰ ਰਹੇ ਹੋ, ਕੀ ਦੇਖੋ ਸਭ ਹੋਏਗਾ, ਡਿਪੋਰਟ ਵੀ ਹੋਏਗੀ, ਜੇ ਇਨਵੈਸਟੀਗੇਸ਼ਨ ਤੋਂ ਬਾਅਦ ਸਭ ਕੁਝ ਹੋਏਗਾ। ਕੱਲ ਮੈਂ ਲੜਕੀ ਨਾਲ ਵੀ ਗੱਲ ਕੀਤੀ ਹੈ, ਉਹਦੇ ਪੇਰੈਂਟਸ ਵੀ ਕੱਲ ਮੈਨੂੰ ਮਿਲਣ ਆਏ ਸੀ। ਲੜਕੀ ਨਾਲ ਵੀਡੀਓ ਕਾਲ ਤੇ ਗੱਲ ਹੋਈ ਹੈ, ਥੋੜੀ ਜਿਹੀ ਕੁਆਇਟ ਸੀ, ਸ਼ਾਂਤ ਸੀ, ਚੁੱਪ ਸੀ। ਮੇਰੇ ਬੜੇ ਸਾਰੇ ਕੁਐਸਚਨਸ ਹਨ, ਕੁਝ ਕੁਐਸਚਨ ਮੇਰੇ ਇਦਾਂ ਦੇ ਸਨ ਜਿਨ੍ਹਾਂ ਦੇ ਜਵਾਬ ਹਲੇ ਮੀਡੀਆ ਨੂੰ ਇਨਵੈਸਟੀਗੇਸ਼ਨ ਹੋਣੀ ਹੈ। ਬੜੇ ਸਾਰੇ ਕੁਐਸਚਨ ਮੈਂ ਉਹਨੂੰ ਪੁੱਛੇ, ਕੁਛ ਤੇ ਉਹਨੇ ਜਵਾਬ ਦਿੱਤੇ ਮੈਨੂੰ, ਕੁਛ ਤੇ ਕੁਐਸਚਨ ਮਾਰ ਕੇ, ਕਿਉਂਕਿ ਉਹ ਇਨਵੈਸਟੀਗੇਸ਼ਨ ਹੋਏਗੀ, ਪੱਕਾ ਹੋ ਕੇ ਰਹੇਗੀ, ਲਵਪ੍ਰੀਤ ਦੀ ਫੈਮਿਲੀ ਨੂੰ ਇਨਸਾਫ ਮਿਲ ਕੇ ਰਹੇਗਾ। ਬਖਸ਼ ਕਿਉਂ ਕਹਿੰਦੀ ਉਹ ਸੁਸਾਈਡ ਨਹੀਂ ਕਰ ਸਕਦਾ, ਬਟ ਚਲੋ ਮੈਂ ਉਹਨੂੰ ਕਿਹਾ ਤੈਨੂੰ ਆਉਣਾ ਪੈ ਸਕਦਾ, ਕਿਉਂਕਿ ਸਾਡਾ ਕੈਨੇਡਾ ਗਵਰਨਮੈਂਟ ਦੇ ਨਾਲ ਕੋਰਸਪੋਂਡੈਂਸ ਸ਼ੁਰੂ ਹੋ ਚੁੱਕਾ ਹੈ, ਜਿੱਥੇ ਹੋਰ ਸਾਡੇ ਪੰਜਾਬ ਦੇ ਜਿੱਥੇ ਜਿੱਥੇ ਬੱਚੇ ਨੇ ਰੈਵਨਿਊ ਜਨਰੇਟ ਕਰ ਰਹੇ ਨੇ। ਭਾਰਤ ਸਰਕਾਰ ਅੱਗੇ ਵੀ ਮੈਂ ਮੰਗ ਕਰਾਂਗੀ ਕਿ ਸਾਡੀ ਜਿੰਨੀਆਂ ਵੀ ਪੰਜਾਬ ਵਿੱਚ ਛੱਡ ਪੂਰੇ ਭਾਰਤ ਦੇ ਜਿੰਨੀਆਂ ਵੀ ਕਮਿਸ਼ਨਸ ਨੇ ਇੱਕ ਸਟਰੋਂਗ ਕੋਆਰਡੀਨੇਟ ਹੋਮ ਨਾਲ ਹੋਣਾ ਚਾਹੀਦਾ, ਸਾਡੀ ਸਜੈਸ਼ਨਸ ਨੂੰ ਕੰਸੀਡਰ ਕੀਤਾ ਜਾਣਾ ਚਾਹੀਦਾ, ਕਿਉਂਕਿ ਸਾਡੇ ਹੋਰ ਕੰਟਰੀ ਵਿੱਚ ਕਮਿਸ਼ਨਾਂ ਦਾ ਸਰਕਾਰਾਂ ਬਣਾਉਣ ਵਿੱਚ ਬਹੁਤ ਵੱਡਾ ਰੋਲ ਹੈ। ਉਮੀਦ ਕਰਦੇ ਹਾਂ ਸਾਡਾ ਆਉਣ ਵਾਲਾ ਯੂਥ ਇਸ ਚੀਜ਼ ਨੂੰ ਸਮਝੇਗਾ, ਤੁਸੀਂ ਆਪਣੇ ਵੋਟ ਦੀ ਤਾਕਤ ਨੂੰ ਸਮਝੋਗੇ, ਤੁਹਾਡਾ ਵੋਟ ਹੀ ਤੁਹਾਡੀ ਪਹਿਚਾਣ ਹੈ। ਅੱਜ ਪੰਜਾਬ ਵਿੱਚ ਲਵਪ੍ਰੀਤ ਦੇ 5 ਏਕੜ, ਉਹ ਕਹਿ ਰਹੇ ਨੇ 5 ਕਿੱਲੇ ਸਾਡੇ ਹੈਗੇ ਨੇ, ਤੇ ਮੇਰੇ ਇਹ ਕੁਐਸਚਨ ਮੇਰੇ ਦਿਮਾਗ ਵਿੱਚ ਹੁੰਦਾ ਰਹਿੰਦਾ, ਬਾਹਰ ਜਾਣ ਦੀ ਇੰਨੀ ਲਲਕ ਕਿਉਂ? ਪਰਿਵਾਰਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਜਾ ਕੇ ਸਾਡੇ ਬੱਚੇ ਨਾਲ ਕਿੰਨੀ ਹਰਾਸਮੈਂਟ ਹੋ ਰਹੀ ਹੈ। ਇੱਕ ਤਸਵੀਰ ਦਿਖਾਵਾਂਗੀ ਆਉਣ ਵਾਲੇ ਟਾਈਮ ਵਿੱਚ ਪੰਜਾਬ ਨੂੰ ਕਿੰਨਾ ਰੇਸਿਜ਼ਮ, ਕਿੰਨੀ ਜ਼ਿਆਦਾ ਹਰਾਸਮੈਂਟ ਮੁੰਡਿਆਂ ਨੂੰ ਵੀ ਸਹਿਣੀ ਪੈਂਦੀ ਹੈ। ਦੇਖੋ ਜਿੰਨਾ ਨਹੀਂ ਹੋਇਆ ਇਹ ਸਿਸਟਮ ਤੇ ਕੁਐਸਚਨ ਮਾਰ ਕੇ, ਪਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦੀ ਹਾਂ, ਜਦ ਤੱਕ ਮਨੀਸ਼ਾ ਗੁਲਾਟੀ ਇਸ ਪੋਸਟ ਤੇ ਵੇ, ਮੇਰਾ ਧਿਆਨ ਰਹੇਗਾ, ਮੈਂ ਆਪਣੀ ਸਟੇਟ ਦਾ ਯੂਥ ਨਹੀਂ ਖਰਾਬ ਹੋਣ ਦਾਂਗੀ, ਮੈਂ ਆਪਣੇ ਬੱਚਿਆਂ ਦਾ, ਕੁੜੀ ਹੋਏ ਮੁੰਡਾ ਹੋਏ, ਕਿਸੇ ਦੇ ਨਾਲ ਬੇਇਨਸਾਫੀ ਨਹੀਂ ਹੁੰਦਾਂਗੀ। ਦੇਖੋ ਇਨਵੈਸਟੀਗੇਸ਼ਨ ਹੋਏਗੀ, ਕੱਲ ਮੈਂ ਕੁੜੀ ਨੂੰ ਕਹਿਤਾ ਤੈਨੂੰ ਵਾਪਿਸ ਆਉਣਾ ਪੈ ਸਕਦਾ ਹੈ। ਇਨਵੈਸਟੀਗੇਸ਼ਨ ਕਮਿਸ਼ਨ ਦੀ ਪੂਰੀ ਨਜ਼ਰ ਰਹੇਗੀ ਇਸ ਮੈਟਰ ਤੇ, ਸੀਨੀਅਰ ਅਧਿਕਾਰੀ ਤੋਂ ਕਰਾਵਾਂਗੇ ਇਨਵੈਸਟੀਗੇਸ਼ਨ, ਇਹ ਜਿੱਥੇ ਇਹ ਸਾਨੂੰ ਇੰਡੀਕੇਸ਼ਨ ਆ ਗਿਆ ਕਿ ਲੜਕੀ ਦੋਸ਼ੀ ਹੈ, ਲੜਕੀ ਇਮੀਡੀਏਟਲੀ ਇੱਥੇ ਆਏਗੀ। ਜਿੱਥੇ ਪੁਲਿਸ ਦੇ ਜੋ ਦੋਸ਼ ਹੋਏਗਾ, ਪੁਲਿਸ ਘੇਰੇ ਚ ਹੋਏਗੀ, ਤੁਹਾਨੂੰ ਮੈਂ ਕਾਰਵਾਈ ਹੋਏਗੀ।
ਹੋਰ ਕੇਸ ਆਏ ਨੇ 200 ਦੇ ਕਰੀਬ ਉਹਨਾਂ ਦੇ ਵਿੱਚ ਵੀ ਇਹੀ ਮੰਗ ਹੈ ਕਿ ਰਿਪੋਰਟ ਦੇ ਬਾਰੇ ਵਿੱਚ ਕੀ ਲੱਗਦਾ ਕਿ ਬੱਚਾ ਕਿੰਨਾ ਮਾਰ ਰਿਹਾ ਹੈ। ਦੇਖੋ ਜਿੱਥੇ ਤੱਕ ਰਿਪੋਰਟ ਦੀ ਗੱਲ ਹੈ ਯਾਰ ਯਾਰ ਕਹਿੰਦੇ ਪਿੱਛੇ ਮੈਡਮ ਵੱਡੇ ਪੰਦਰ ਦਾ ਜੂਤ ਬਾਹਰ ਕਿਉਂ ਜਾ ਰਹੇ ਨੇ ਮੈਡਮ ਦੇਖ ਦਿਓ ਮੈਡਮ ਇਹ ਰਿਪੋਰਟ ਦੀ ਗੱਲ ਹੈ ਨਾ ਉੱਥੇ ਭਾਰਤ ਸਰਕਾਰ ਦਾ ਇੱਕ ਬੜਾ ਵੱਡਾ ਰੋਲ ਹੈ ਸੰਵਿਧਾਨ ਦੀ ਅਮੈਂਡਮੈਂਟ ਬਜਾਣਾ ਸੀ ਮੇਰੀ ਵਿਜ਼ਿਟ ਹੈ ਹੁਣ ਮੈਂ ਜਾ ਰਹੀ ਹਾਂ ਤਾਂ ਕੱਲ ਤੈਨੂੰ ਮੈਂ ਦੱਸਾਂਗੀ ਕਿ 2 ਕਿਲੋ ਆਟੇ ਚ ਕਿੰਨੀਆਂ ਰੋਟੀਆਂ ਬਣਦੀਆਂ ਨੇ ਬੱਚੀ ਇੰਨਾ ਰੱਖੇ।